ਕਿ ਜੋਰ ਗਰੀਬਾਂ ਦਾ ਮਾਰੀ ਝਿੜਕੀ ਸੋਹਣਿਆ ਮੁੜ ਗਏ ਸਾਡੀ ਕੱਖਾਂ ਦੀ ਕੁੱਲੀ ਤੇਰੇ ਹੱਥ ਵੱਡਿਆਂ ਕਰਾਂ ਨਾਲ ਜੁੜ ਗਏ ਤਾਰੇ ਫਿਰ ਗਏ ਸੀਨੇ ਵੇ ਤੇ ਗੱਲ ਹੱਸਦਿਆਂ ਹੱਸਦਿਆਂ ਗਈ ਸੋਹਣਿਆ ਵਿਆਹ ਕਰਵਾ ਕੇ ਵੇ ਸਾਨੂੰ ਮਿਲਦਾ ਗਿਲਦਾ ਰਹੀ ਹਾਏ ਵਿਆਹ ਕਰਵਾ ਕੇ ਵੇ ਸਾਨੂੰ ਮਿਲਦਾ ਗਿਲਦਾਰ ਦੋ ਦਿਲ ਤਾਂ ਜੁੜ ਗਏ ਨੀ ਸੋਹਣੀਏ ਨਹੀਂ ਜੁੜੀਆਂ ਤਕਦੀਰਾਂ ਲੱਖਾਂ ਰਾਂਝੇ ਤੁਰ ਗਏ ਨੀ ਇੱਥੇ ਫਿਰਨ ਵਿਲਕਦੀਆਂ ਹੀਰਾ ਸੁਣ ਬਖਸ਼ਣ ਹਾਰੀਏ ਨੀ ਬਖਸ਼ਣ ਹਾਰੀਏ ਨੀ ਸੌ ਤੇਰੀ ਢਹਿਗੀ ਢੇਰੀ ਨੀ ਜਦੋਂ ਪਹਿਲੀ ਲਾਮ ਪੜੀ ਨੀ ਭੁੱਬ ਨਿਕਲ ਗਈ ਮੇਰੀ ਜਦੋਂ ਪਹਿਲੀ ਲਾਮ ਪੜੀ ਨੀ ਧਾ ਨਿਕਲ ਗਈ ਮੇਰੀ ਅਮਰ ਸਿੰਘ ਚਮਕੀਲਾ ਦੀ ਆਪਾਂ ਜੇ ਗੱਲ ਕਰੀਏ ਤੇ ਉਹਨਾਂ ਦਾ ਜਿਹੜਾ ਸਫ਼ਰ ਸੀ ਉਹ ਕਿੱਦਾਂ ਸ਼ੁਰੂ ਹੋਇਆ ਮੈਂ ਲੁਧਿਆਣੇ ਜਦੋਂ 1982 'ਚ ਆਇਆ ਯਾਨੀ ਕਿ ਮੈਂ ਉਦੋਂ ਤੋਂ ਉਹਨਾਂ ਨੂੰ ਜਾਣਨ ਲੱਗਿਆ ਉਸ ਤੋਂ ਪਹਿਲਾਂ ਉਹ ਸ਼ਿੰਦਾ ਭਾਜੀ ਨਾਲ ਸਾਡੇ ਪਿੰਡ ਖਾਲਾ ਲੱਗਾ ਉੱਥੇ ਉਹਨਾਂ ਨੇ ਸਿਹਰਾ ਗਾਇਆ ਸੀ ਕਿਉਂਕਿ ਉਦੋਂ ਉਹਨਾਂ ਦਾ ਨਾਂ ਨਹੀਂ ਸੀਗਾ ਨਾ ਕੋਈ ਉਹਨਾਂ ਨੂੰ ਜਾਣਦਾ ਸੀ ਨਾ ਹੀ ਉਹ ਅਮਰ ਸਿੰਘ ਚਮਕੀਲਾ ਪੂਰੀ ਤਰ੍ਹਾਂ ਪਾਪੂਲਰ ਸੀ ਗੀਤਕਾਰ 'ਚ ਪਾਪੂਲਰ ਸੀ ਯਾਨੀ ਕਿ ਗਾਇਕੇ 'ਚ ਨਹੀਂ ਸੀ ਸਟਾਰਟਿੰਗ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਘਰੇ ਨਾਮ ਸੀਗਾ ਧਨੀ ਰਾਮ ਸੀਗਾ ਧਨੀ ਰਾਮ ਤੋਂ ਚਮਕੀਲਾ ਕਿਵੇਂ ਬਣੇ ਧਨੀ ਰਾਮ ਤੋਂ ਚਮਕੀਲਾ ਕੀ ਭਾਅ ਜੀ ਦੱਸ ਦਿੰਦੇ ਸੀਗੇ ਵੀ ਰਾਮਲੀਲਾ 'ਤੇ ਗਏ ਆ ਬੜੈਲ ਚੰਡੀਗੜ੍ਹ ਦੇ ਕੋਲ ਉੱਥੇ ਉਹਨਾਂ ਨੇ ਇਹਦਾ ਨਾਂ ਧਨੀ ਰਾਮ ਤੋਂ ਅਮਰ ਸਿੰਘ ਚਮਕੀਲਾ ਰੱਖਿਆ ਸਨਮੁਖ ਸਿੰਘ ਆਜ਼ਾਦ ਕਿਉਂਕਿ ਉਸਤਾਦ ਜੀ ਸੁਰਿੰਦਰ ਸ਼ਿੰਦਾ ਜੀ ਉਹਨਾਂ ਨੇ ਉਹਨਾਂ ਦੇ ਨਾਲ ਗਏ ਸੀਗੇ ਇੱਕ ਅੱਧੀ ਆਈਟਮ ਗਾਉਂਦੇ ਹੁੰਦੇ ਸੀਗੇ ਉਹਨਾਂ ਨੇ ਜਦੋਂ ਆਈਟਮ ਕਰਵਾਈ ਤਾਂ ਇਹਨਾਂ ਦਾ ਨਾਂ ਅਮਰ ਸਿੰਘ ਚਮਕੀਲਾ ਰੱਖਤਾ ਧਨੀ ਰਾਮ ਹੁਣ ਇਹਨਾਂ 'ਤੇ ਫਿਲਮਾਂ ਵੀ ਬਣੀਆਂ ਵਾ ਚਮਕੀਲਾ ਸਾਹਿਬ 'ਤੇ 3-4 ਫਿਲਮਾਂ ਵੀ ਆਪਾਂ ਦੇਖੀਆਂ ਆ ਅਤੇ ਉਹਨਾਂ ਦੇ ਵਿੱਚ ਜੋ ਦਿਖਾਇਆ ਗਿਆ ਕਿ ਉਹ ਪ੍ਰੋਪਰ ਸੱਚਾਈ ਹੈ ਜਾਂ ਉਹਨਾਂ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਆ ਜਿਹੜੀ ਨਵੀਂ ਫਿਲਮ ਆਈ ਹੈ ਦੇਖੀ ਹੈ ਮੈਂ ਇਹ ਇਮਤਿਆਜ਼ ਅਲੀ ਜੀ ਨੇ ਬਹੁਤ ਸੋਹਣੀ ਬਣਾਈ ਹੈ ਪਰ ਕੁਛ ਗੱਲਾਂ 'ਤੇ ਉਹਦੇ ਵਿੱਚ ਨਾ ਜਿਵੇਂ ਆਮ ਠੱਪਾ ਲੱਗਾ ਉਹ 'ਤੇ ਵੀ ਇਹ ਲਚਰ ਗਾਉਂਦਾ ਸੀ ਪਰ ਇਹਨਾਂ ਨੇ ਫਿਲਮ ਦੇ ਵਿੱਚ ਸੱਚਮੁੱਚੋਂ ਦੱਸਤਾ ਵੀ ਉਹ ਲਚਰ ਹੀ ਗਾਉਂਦਾ ਸੀ ਪਰ ਮੈਨੂੰ ਇਸ ਗੱਲ 'ਤੇ ਇਤਰਾਜ਼ ਆ ਜਿਹੜੇ ਉਹਨਾਂ ਦੇ ਵਧੀਆ ਗੀਤ ਸੀਗੇ ਜਿਹੜੇ ਧਾਰਮਿਕ ਗੀਤ ਇੰਨੇ ਪਾਪੂਲਰ ਹੋਏ ਆ ਜਾਂ ਹੋਰ ਜਿਹੜੇ ਉਹਨਾਂ ਦੇ ਇੱਕ ਦੋ ਗੀਤਾਂ 'ਤੇ ਕਿੰਤੂ ਪਰੰਤੂ ਸੀ ਉਹਨਾਂ ਦੇ ਬਾਕੀ ਸਾਰੇ ਗੀਤ ਵਧੀਆ ਸੀ ਪਰ ਇਹਨਾਂ ਨੇ ਉਹ ਜਿਹੜੇ ਵਧੀਆ ਗੀਤ ਆ ਦਿਖਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਲੱਗਦਾ ਨਹੀਂ ਗਾ ਵੀ ਜਦੋਂ ਅੱਜ ਕੱਲ੍ਹ ਜ਼ਿਆਦਾ ਲੱਚਰ ਤਾਂ ਫੈਲਾਈ ਜਾ ਰਹੀ ਹੈ ਅਤੇ ਉਸ ਸਮੇਂ 'ਤੇ ਜੇ ਗੱਲਾਂ ਬਾਤਾਂ ਦੇ ਵਿੱਚ ਕੁਛ ਗੀਤ ਇੱਦਾਂ ਦੇ ਸੀਗੇ ਮੇਰੇ ਹਿਸਾਬ ਨਾਲ ਤਾਂ ਕੋਈ ਨੰਗਣ ਵਾਲੇ ਤਾਂ ਗੀਤ ਹੈ ਨਹੀਂ ਸੀਗੇ ਕਈ ਵਾਰੀ ਅਸੀਂ ਵੀ ਸਟੇਜਾਂ 'ਤੇ ਕੀਤੀਆਂ ਸਾਨੂੰ ਵੀ ਉਹਨਾਂ ਗੀਤਾਂ ਦੀ ਫਰਮਾਇਸ਼ ਹੁੰਦੀ ਰਹੀ ਹੈ ਜੇ ਲੋਕ ਸਾਨੂੰ ਫਰਮਾਇਸ਼ ਕਰਦੇ ਤਾਂ ਅਸੀਂ ਵੀ ਗਾਏ ਆ ਜਿਹੜੇ ਗੀਤਾਂ 'ਤੇ ਬਾਪੂ ਸਾਡਾ ਗੁੰਮ ਹੋ ਗਿਆ ਜਾਂ ਆਟੇ ਵਾਂਗ ਗੁੰਨਤੀ ਕਿਉਂਕਿ ਲੋਕ ਫਰਮਾਇਸ਼ਾਂ ਕਰਦੇ ਸੀ ਵੀ ਆਹ ਗਾਣਾ ਸਾਨੂੰ ਸੁਣਾਓ ਤਾਂ ਸਾਨੂੰ ਮਜਬੂਰ ਹੋ ਕੇ ਸੁਣਾਉਣਾ ਪੈਂਦਾ ਉਦੋਂ ਤਾਂ ਇੰਨਾ ਲਚਰ ਹੈ ਹੀ ਨਹੀਂ ਸੀ ਜਿੰਨਾ ਅੱਜ ਦੇ ਅੱਜ ਜਿਹੜਾ ਤੁਸੀਂ ਦੇਖ ਰਹੇ ਤਾਂ ਤੁਸੀਂ ਇਕੱਠੇ ਬਹਿ ਕੇ ਟੀਵੀ 'ਤੇ ਦੇਖ ਨਹੀਂ ਸਕਦੇ 84-85 ਦੀਆਂ ਗੱਲਾਂ ਨੇ ਕਹਿੰਦੇ ਵੀ ਬਹੁਤ ਚੜ੍ਹਾਈ ਸੀਗੀ ਅਤੇ ਉਹਨੇ ਸਾਰੇ ਕਲਾਕਾਰ ਵਿਹਲੇ ਰੱਖਤੇ ਸੀ ਅਤੇ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਸਾਰੇ ਕਲਾਕਾਰ ਵਿਹਲੇ ਸੀ 50 ਵਿਆਹ 'ਤੇ ਚਮਕੀਲੇ ਨੂੰ ਸੱਦਣਾ ਇੱਕ ਦਿਨ 'ਚ ਅਤੇ 50 ਵਿਆਹ ਤਾਂ ਚਮਕੀਲਾ ਕਰ ਨਹੀਂ ਸੀ ਸਕਦਾ ਉਹਨਾਂ ਨੇ ਤਾਂ 1 ਜਾਂ 2 ਪ੍ਰੋਮ ਹੀ ਕਰ ਸਕਦੇ ਸੀ ਜੇ ਉਹ ਵੀ ਰੇਂਜ 'ਚ ਹੋਊਗਾ ਅਤੇ ਨਹੀਂ ਤਾਂ ਇਹ ਤਾਂ ਐਵੇਂ ਬਹੁਤੇ ਲੋਕ ਕਿਉਂਕਿ ਚਮਕੀਲਾ ਜੀ ਨੇ ਇੱਕ ਤੋਂ ਵੱਧ ਪ੍ਰੋਮ ਨਹੀਂ ਕੀਤਾ ਉਹਨਾਂ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਸੀਗਾ ਅਤੇ ਅਮਰਜੋਤ ਦਾ ਵਿਆਹ ਕਿੱਦਾਂ ਹੋਇਆ ਅਤੇ ਕਿਹੜੇ ਹਾਲਾਤ ਅਮਰਜੋਤ ਦੇ ਵਿਆਹ ਤਾਂ ਆਪਾਂ ਨੂੰ ਪਤਾ ਨਹੀਂ ਹੈ ਸਿੱਧੀ ਗੱਲ ਆਪਾਂ ਦੱਸਦੀ ਕਿਉਂਕਿ ਕੇਸਰ ਸਿੰਘ ਟਿੱਕੀ ਨੇ ਫਗਵਾੜੇ ਜਾ ਕੇ ਕਰਵਾਇਆ ਸੀਗਾ ਪਹਿਲੇ ਪਰਿਵਾਰ 'ਚੋਂ ਬੀਬੀ ਗੁਰਮੇਲ ਕੌਰ ਜੀ ਹੈ ਉਹਨਾਂ ਦੀ ਬੇਟੀ ਅਮਨਦੀਪ ਹੈ ਅਤੇ ਦੂਜੇ ਅਮਰਜੋਤ 'ਚੋਂ ਆਪਣਾ ਜੈਮ ਚਮਕੀਲਾ ਅਤੇ ਛੋਟਾ ਬੱਚਾ ਸੀਗਾ ਉਹਦੇ ਜਿਹੜੀ ਕਿ ਉਹਦੀ ਗਾਇਕੀ ਉਹਦੀ ਲੇਖਣੀ ਉਹਦਾ ਜਿਹੜਾ ਪਰਫੋਰਮੈਂਸ ਉਹ ਇੰਨੀ ਵਧੀਆ ਸੀ ਨਾ ਹੁਣ ਵੀ ਤੁਸੀਂ ਸੁਣ ਲਓ ਵੀ
ਇੱਕ ਵਾਰੀ ਤੁਸੀਂ ਲਾ ਲਓ ਤੁਹਾਨੂੰ ਤੁਸੀਂ ਬੰਦ ਨਹੀਂ ਕਰ ਸਕਦੇ। ਕਸ਼ਿਸ਼ ਇੰਨੀ ਸੀ ਉਹਦੀ ਆਵਾਜ਼ਾਂ ਦੋਨਾਂ ਦੀਆਂ 'ਚ, ਅਮਰਜੋਤ ਜੀ ਦੀਆਂ ਵਿੱਚ ਅਤੇ ਚਮਕੀਲਾ ਜੀ ਦੀਆਂ ਵਿੱਚ। ਜਦੋਂ ਉਹਨਾਂ ਦੀ ਮੌਤ ਹੋ ਜਾਂਦੀ, ਕਈ ਲੋਕ ਕਹਿੰਦੇ ਨੇ ਵੀ ਉਹਨਾਂ ਨੂੰ ਕਿਸੇ ਕਲਾਕਾਰਾਂ ਨੇ ਰਲ ਕੇ ਮਰਵਾਇਆ ਹੈ ਜਾਂ ਖਾੜਕੂਆਂ ਨੇ ਮਰਵਾਇਆ, ਇਹਦੇ ਬਾਰੇ ਕੁਛ ਜਾਣਕਾਰੀ? ਇਹਦੇ ਬਾਰੇ ਆਪਾਂ ਨੂੰ ਕੋਈ ਜਾਣਕਾਰੀ ਨਹੀਂ। ਚਮਕੀਲਾ ਜੀ ਦੀ ਡੈਥ ਤੋਂ ਬਾਅਦ ਉਹਨਾਂ ਦੇ ਉਸ ਕੇਸ ਦੀ ਕੋਈ ਜਾਂਚ ਹੀ ਨਹੀਂ ਹੋਈ। ਜੇ ਤਾਂ ਕੋਈ ਜਾਂਚ ਹੋਈ ਹੁੰਦੀ ਫਿਰ ਤਾਂ ਆਪਾਂ ਕਹਿ ਸਕਦੇ ਸੀ ਵੀ, ਕਿਉਂਕਿ ਪੁਲਿਸ ਨੇ ਜਾਂਚ ਨਹੀਂ ਕੀਤੀ ਉਹਨਾਂ ਦੇ ਖਾੜਕੂ ਸੀ, ਉਹਨਾਂ ਦੇ ਨਾਂ 'ਤੇ ਮੜਤਾ ਵੀ ਉਹਨਾਂ ਨੇ ਮਾਰਿਆ, ਹਾਲਾਂਕਿ ਉਹਨਾਂ ਨੇ ਨਹੀਂ ਮਾਰਿਆ। ਕਲਾਕਾਰਾਂ ਨਾਲ ਉਹਨਾਂ ਦਾ ਕੋਈ ਵੈਰ ਨਹੀਂ ਸੀ। ਅੱਜ ਅਸੀਂ ਉਸ ਸ਼ਖਸ ਦੀ ਗੱਲ ਕਰਾਂਗੇ ਜੋ ਕਿ 80 ਦੇ ਦਸ਼ਕ ਦੇ ਵਿੱਚ ਪੂਰੀ ਗਾਇਕੀ ਦੇ ਵਿੱਚ ਸਿਰ ਕੱਢਵਾਂ ਕਲਾਕਾਰ ਬਣ ਕੇ ਉੱਭਰਿਆ ਔਰ ਰਿਕਾਰਡ ਤੋੜ ਜਿਹੜੇ ਉਹਨਾਂ ਦੀ ਜਿਹੜੀ ਸੇਲ ਹੁੰਦੀ ਸੀਗੀ, ਜਿਹੜੇ ਰਿਕਾਰਡ ਉਹਨਾਂ ਦੇ ਗੀਤ ਹੁੰਦੇ ਸੀਗੇ ਅਤੇ ਉਹਨਾਂ ਦੀ ਜਿਹੜੀ ਸੇਲ ਹੁੰਦੀ ਸੀ ਉਹ ਬੜੀ ਰਿਕਾਰਡ ਤੋੜ ਹੁੰਦੀ ਸੀਗੀ। ਅਤੇ ਅੱਜ ਕੱਲ੍ਹ ਫਿਲਮਾਂ ਦਾ ਵੀ ਜ਼ਿਕਰ ਚੱਲ ਰਿਹਾ ਕਿਉਂਕਿ ਫਿਲਮਾਂ ਵੀ ਉਹਨਾਂ 'ਤੇ ਦੋ ਤਿੰਨ ਬਣ ਚੁੱਕੀਆਂ ਨੇ। ਅਸੀਂ ਗੱਲ ਕਰ ਰਹੇ ਹਾਂ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ, ਅਤੇ ਅੱਜ ਅਸੀਂ ਉਹਨਾਂ ਦੀ ਜੀਵਨੀ ਬਾਰੇ ਜਾਣਕਾਰੀ ਲਵਾਂਗੇ। ਸਾਡੇ ਨਾਲ ਨੇ ਸੁੱਖ ਚਮਕੀਲਾ, ਅਸੀਂ ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਕਿ ਇਹ ਚਮਕੀਲੇ ਦੀ ਜਿਹੜਾ ਹੈਗਾ ਸਫ਼ਰ ਕਿੱਥੋਂ ਸ਼ੁਰੂ ਹੋਇਆ ਅਤੇ ਕਿੱਦਾਂ ਉਹ ਅਮਰ ਸਿੰਘ ਚਮਕੀਲਾ ਬਣਿਆ। ਬਾਈ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਕਰੋਲ ਪੰਜਾਬ ਦੇ ਵਿੱਚ। ਮੈਂ ਸਕਰੋਲ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ, ਤੁਹਾਡਾ ਵੀ। ਤੁਸੀਂ ਅੱਜ ਮੇਰੇ ਕੋਲ ਆਏ ਹੋ ਮੇਰੀ ਇੰਟਰਵਿਊ ਕਰਨ ਵਾਸਤੇ, ਮਿਹਰਬਾਨੀ, ਸ਼ੁਕਰੀਆ। ਬਾਈ ਜੀ ਆਪਾਂ ਅਮਰਜੋਤ ਅਮਰ ਸਿੰਘ ਚਮਕੀਲਾ ਦੀ ਆਪਾਂ ਜੇ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਸਫ਼ਰ ਸੀ ਉਹ ਕਿੱਦਾਂ ਸ਼ੁਰੂ ਹੋਇਆ ਔਰ ਤੁਸੀਂ ਕਾਫੀ ਜਾਣਕਾਰੀ ਰੱਖਦੇ ਹੋ ਉਹਨਾਂ ਬਾਰੇ? ਮੈਂ ਲੁਧਿਆਣੇ ਜਦੋਂ 1982 'ਚ ਆਇਆ, ਯਾਨੀ ਕਿ ਮੈਂ ਉਦੋਂ ਤੋਂ ਉਹਨਾਂ ਨੂੰ ਜਾਣਨ ਲੱਗਿਆ। ਉਸ ਤੋਂ ਪਹਿਲਾਂ ਉਹ ਸ਼ਿੰਦਾ ਭਾਅ ਜੀ ਨਾਲ ਸਾਡੇ ਪਿੰਡ ਖਾੜਾ ਲੱਗਾ, ਉੱਥੇ ਉਹਨਾਂ ਨੇ ਸੇਰਾ ਗਾਇਆ ਸੀ, ਕਿਉਂਕਿ ਉਦੋਂ ਉਹਨਾਂ ਦਾ ਨਾਂ ਨਹੀਂ ਸੀਗਾ, ਨਾ ਕੋਈ ਉਹਨਾਂ ਨੂੰ ਜਾਣਦਾ ਸੀ, ਨਾ ਹੀ ਉਹ ਅਮਰ ਸਿੰਘ ਚਮਕੀਲਾ ਪੂਰੀ ਤਰ੍ਹਾਂ ਪਾਪੂਲਰ ਸੀ, ਗੀਤਕਾਰੀ 'ਚ ਪਾਪੂਲਰ ਸੀ, ਯਾਨੀ ਕਿ ਗਾਇਕੀ 'ਚ ਨਹੀਂ ਸੀ। ਜਦੋਂ 82 'ਚ ਉਹਨਾਂ ਦਾ ਟੱਕੋ 'ਤੇ ਟੱਕੋ ਖੜ ਕੇ ਆਇਆ, ਉਦੋਂ ਮੈਂ ਲੁਧਿਆਣੇ ਸੀਗਾ, ਇੱਥੇ ਬੈਠੇ ਰਹਿੰਦੇ ਸ਼ਾਮ ਨੂੰ ਪਾਰਕ ਵਿੱਚ, ਜਦੋਂ ਵਿਹਲੇ ਹੋਣਾ ਉਹਨਾਂ ਨੇ ਅਤੇ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਸੀ। ਸਟਾਰਟਿੰਗ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਘਰੇ ਨਾਮ ਸੀਗਾ ਧਨੀ ਰਾਮ ਸੀਗਾ, ਧਨੀ ਰਾਮ ਤੋਂ ਚਮਕੀਲਾ ਕਿਵੇਂ ਬਣ ਗਿਆ? ਧਨੀ ਰਾਮ ਤੋਂ ਚਮਕੀਲਾ ਜਿਵੇਂ ਟਿੱਕੀ ਭਾਅ ਜੀ ਦੱਸ ਦਿੰਦੇ ਸੀਗੇ ਵੀ ਰਾਮਲੀਲਾ 'ਤੇ ਗਏ ਆ ਬੜੈਲ ਚੰਡੀਗੜ੍ਹ ਦੇ ਕੋਲ, ਉੱਥੇ ਉਹਨਾਂ ਨੇ ਇਹਦਾ ਨਾਂ ਧਨੀ ਰਾਮ ਤੋਂ ਅਮਰ ਸਿੰਘ ਚਮਕੀਲਾ ਰੱਖਿਆ ਸਨਮੁਖ ਸਿੰਘ ਆਜ਼ਾਦ ਜੀ ਨੇ, ਕਿਉਂਕਿ ਉਸਤਾਦ ਜੀ ਸੁਰਿੰਦਰ ਸ਼ਿੰਦਾ ਜੀ ਉਹਨਾਂ ਨੇ ਉਹਨਾਂ ਦੇ ਨਾਲ ਗਏ ਸੀਗੇ, ਇੱਕ ਅੱਧੀ ਆਈਟਮ ਗਾਉਂਦੇ ਹੁੰਦੇ ਸੀਗੇ, ਉਹਨਾਂ ਨੇ ਜਦੋਂ ਆਈਟਮ ਕਰਵਾਈ ਤਾਂ ਇਹਨਾਂ ਦਾ ਨਾਂ ਅਮਰ ਸਿੰਘ ਚਮਕੀਲਾ ਰੱਖਤਾ ਧਨੀ ਰਾਮ ਤੋਂ। ਬਾਈ ਜੀ ਇੱਕ ਗੱਲ ਹੋਰ ਦੱਸੋ, ਹੁਣ ਇਹਨਾਂ 'ਤੇ ਫਿਲਮਾਂ ਵੀ ਬਣੀਆਂ ਵਾਂ ਚਮਕੀਲਾ ਸਾਹਿਬ 'ਤੇ, 3-4 ਫਿਲਮਾਂ ਵੀ ਆਪਾਂ ਦੇਖੀਆਂ ਆ, ਅਤੇ ਉਹਨਾਂ ਦੇ ਵਿੱਚ ਜੋ ਦਿਖਾਇਆ ਗਿਆ ਕਿ ਉਹ ਪ੍ਰੋਪਰ ਸੱਚਾਈ ਹੈ ਜਾਂ ਉਹਨਾਂ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ? ਆ ਜਿਹੜੀ ਨਵੀਂ ਫਿਲਮ ਆਈ ਹੈ ਦੇਖੀ ਹੈ ਮੈਂ, ਇਮਤਿਆਜ਼ ਅਲੀ ਜੀ ਨੇ ਬਹੁਤ ਸੋਹਣੀ ਬਣਾਈ ਹੈ, ਪਰ ਕੁਛ ਗੱਲਾਂ 'ਤੇ ਉਹਦੇ ਵਿੱਚ ਨਾ ਜਿਵੇਂ ਆਮ ਠੱਪਾ ਲੱਗਾ ਉੱਤੇ ਵੀ ਇਹ ਲਚਰ ਗਾਉਂਦਾ ਸੀ, ਪਰ ਇਹਨਾਂ ਨੇ ਫਿਲਮ ਦੇ ਵਿੱਚ ਸੱਚਮੁੱਚੋਂ ਦੱਸਤਾ ਵੀ ਉਹ ਲਚਰ ਹੀ ਗਾਉਂਦਾ ਸੀ, ਪਰ ਮੈਨੂੰ ਇਸ ਗੱਲ 'ਤੇ ਇਤਰਾਜ਼ ਆ। ਜਿਹੜੇ ਉਹਨਾਂ ਦੇ ਵਧੀਆ ਗੀਤ ਸੀਗੇ, ਜਿਹੜੇ ਧਾਰਮਿਕ ਗੀਤ ਇੰਨੇ ਪਾਪੂਲਰ ਹੋਏ ਆ ਜਾਂ ਹੋਰ ਜਿਹੜੇ ਉਹਨਾਂ ਦੇ ਇੱਕ ਦੋ ਗੀਤਾਂ 'ਤੇ ਕਿੰਤੂ ਪਰੰਤੂ ਸੀ ਉਹਨਾਂ ਦੇ, ਬਾਕੀ ਸਾਰੇ ਗੀਤ ਵਧੀਆ ਸੀ, ਪਰ ਇਹਨਾਂ ਨੇ ਉਹ ਜਿਹੜੇ ਵਧੀਆ ਗੀਤ ਆ ਦਿਖਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸੁੱਖ ਸਾਹਿਬ ਲੱਗਦਾ ਨਹੀਂ ਗਾ ਵੀ ਜਦੋਂ ਅੱਜ ਕੱਲ੍ਹ ਜ਼ਿਆਦਾ ਲੱਚਰ ਤਾਂ ਫੈਲਾਈ ਜਾ ਰਹੀ ਹੈ, ਅਤੇ ਉਸ ਸਮੇਂ 'ਤੇ ਜੇ ਗੱਲਾਂ ਬਾਤਾਂ ਦੇ ਵਿੱਚ ਕੁਛ ਗੀਤ ਇੱਦਾਂ ਦੇ ਸੀਗੇ, ਮੇਰੇ ਹਿਸਾਬ ਨਾਲ ਤਾਂ ਕੋਈ ਨੰਗਣ ਵਾਲੇ ਤਾਂ ਗੀਤ ਹੈ ਨਹੀਂ ਸੀਗੇ? ਇੱਕ ਦੋ ਗੀਤਾਂ 'ਤੇ ਉਹਨਾਂ ਦੇ ਟਿਕਾ ਕਿੰਤੂ ਪਰੰਤੂ ਸੀ, ਕਈ ਵਾਰੀ ਅਸੀਂ ਵੀ ਸਟੇਜਾਂ 'ਤੇ ਕੀਤੀਆਂ, ਸਾਨੂੰ ਵੀ ਉਹਨਾਂ ਗੀਤਾਂ ਦੀ ਫਰਮਾਇਸ਼ ਹੁੰਦੀ ਰਹੀ ਹੈ, ਜੇ ਲੋਕ ਸਾਨੂੰ ਫਰਮਾਇਸ਼ ਕਰਦੇ ਤਾਂ ਅਸੀਂ ਵੀ ਗਾਏ ਆ ਜਿਹੜੇ ਗੀਤਾਂ 'ਤੇ, ਬਾਪੂ ਸਾਡਾ ਗੁੰਮ ਹੋ ਗਿਆ ਜਾਂ ਆਟੇ ਵਾਂਗੂ ਗੁੰਨਤੀ, ਸਾਡੇ ਵੀ ਯੂਟਿਊਬ 'ਤੇ ਪਏ ਗਾਏ ਹੋਏ, ਕਿਉਂਕਿ ਲੋਕ
ਫਰਮਾਇਸ਼ਾਂ ਕਰਦੇ ਸੀ ਵੀ ਆਹ ਗਾਣਾ ਸਾਨੂੰ ਸੁਣਾਓ ਤਾਂ ਸਾਨੂੰ ਮਜਬੂਰ ਹੋ ਕੇ ਸੁਣਾਉਣਾ ਪੈਂਦਾ ਸੀ। ਲੋਕ ਸੁਣਨਾ ਚਾਹੁੰਦੇ ਸੀ ਇੱਦਾਂ ਦਾ ਮਟੀਰੀਅਲ, ਲੋਕ ਸੁਣਨਾ ਚਾਹੁੰਦੇ ਸੀ ਕਿਉਂਕਿ ਉਦੋਂ ਤਾਂ ਇੰਨਾ ਲਚਰ ਹੈ ਹੀ ਨਹੀਂ ਸੀ ਜਿੰਨਾ ਅੱਜ ਦੇ, ਅੱਜ ਜਿਹੜਾ ਤੁਸੀਂ ਦੇਖ ਸਕਦੇ, ਤੁਸੀਂ ਇਕੱਠੇ ਬਹਿ ਕੇ ਟੀ ਵੀ 'ਤੇ ਦੇਖ ਨਹੀਂ ਸਕਦੇ ਵੀ ਇੰਨਾ ਅੱਜ ਕੱਲ੍ਹ ਬੁਰਾ ਹਾਲ ਹੈ ਵੀ ਆਪਾਂ ਪਰਿਵਾਰ ਦੇ ਵਿੱਚ ਐਡ ਹੀ ਐਸੀ ਆ ਜਾਂਦੀ ਹੈ ਕਈ ਵਾਰੀ, ਉਹ ਐਡ ਵੀ ਦੇਖਣੀ ਸਾਨੂੰ ਮੁਸ਼ਕਿਲ ਹੋ ਜਾਂਦੀ ਭੈਣ ਭਰਾਵਾਂ ਦੇ ਵਿੱਚ ਬੈਠੇ, ਆਪਾਂ ਨਹੀਂ ਦੇਖ ਸਕਦੇ ਅਸੀਂ। ਅੱਛਾ ਬਾਈ ਜੀ, ਇੱਕ ਹੋਰ ਗੱਲ ਦੱਸੋ ਵੀ ਜਿੱਦਾਂ ਹੁਣ ਕਹਿੰਦੇ ਆ ਵੀ ਜਦੋਂ ਚਮਕੀਲਾ ਦੀ ਪੂਰੀ ਚੜ੍ਹਾਈ ਸੀਗੀ ਅਤੇ ਇਹ ਮੇਰੇ ਖਿਆਲ 84-85 ਦੀਆਂ ਗੱਲਾਂ ਨੇ, ਕਹਿੰਦੇ ਵੀ ਬਹੁਤ ਚੜ੍ਹਾਈ ਸੀਗੀ ਅਤੇ ਉਹਨੇ ਸਾਰੇ ਕਲਾਕਾਰ ਵਿਹਲੇ ਰੱਖਤੇ ਸੀ ਕਰਕੇ, ਆਪਾਂ ਇਹ ਤਾਂ ਨਹੀਂ ਕਹਿ ਸਕਦੇ ਸਾਰੇ ਕਲਾਕਾਰ ਵਿਹਲੇ ਸੀ। ਜੇ ਮੰਨ ਕੇ ਚੱਲੋ ਵੀ 50 ਵਿਆਹ ਤਾਂ ਚਮਕੀਲੇ ਨੂੰ ਸੱਦਣਾ ਇੱਕ ਦਿਨ 'ਚ, ਅਤੇ 50 ਵਿਆਹ ਤਾਂ ਚਮਕੀਲਾ ਕਰ ਨਹੀਂ ਸੀ ਸਕਦਾ, ਉਹਨਾਂ ਨੇ ਤਾਂ ਇੱਕ ਜਾਂ ਦੋ ਪ੍ਰੋਮ ਹੀ ਕਰ ਸਕਦੇ ਸੀ ਜੇ ਉਹ ਵੀ ਰੇਂਜ 'ਚ ਹੋਊਗਾ, ਅਤੇ ਨਹੀਂ ਤਾਂ ਇਹ ਤਾਂ ਐਵੇਂ ਬਹੁਤੇ ਲੋਕ, ਕਿਉਂਕਿ ਚਮਕੀਲਾ ਜੀ ਨੇ ਇੱਕ ਤੋਂ ਵੱਧ ਪ੍ਰੋਮ ਵੀ ਨਹੀਂ ਕੀਤਾ, ਕਿਉਂਕਿ ਜਿਵੇਂ ਪ੍ਰਿਥੀਪਾਲ ਢੱਕਣ ਸਭ ਤੋਂ ਜ਼ਿਆਦਾ ਸਮਾਂ ਉਹਨਾਂ ਦੇ ਨਾਲ ਰਿਹਾ, ਉਹਦੀ ਇੰਟਰਵਿਊ ਸੁਣ ਲਓ, ਉਹ ਕਹਿੰਦਾ ਜੀ ਇੱਕ ਤੋਂ ਵੱਧ ਪ੍ਰੋਮ ਹੀ ਨਹੀਂ ਕੀਤਾ, ਅਤੇ ਕਈ ਵਿੱਚ ਕਹੀ ਜਾਂਦੇ ਜਿਹੜੇ 5-5, 6-6 ਪ੍ਰੋਮ ਕੀਤੇ, 5-5, 6-6 ਪ੍ਰੋਮ ਹੋ ਹੀ ਨਹੀਂ ਸਕਦੇ। ਮਤਲਬ ਵੀ ਅਫਵਾਹਾਂ ਆਇਆ ਇਹ, ਮਤਲਬ ਵੀ ਇਹ ਵੀ ਇੰਨੇ ਇੰਨੇ ਪ੍ਰੋਗਰਾਮ ਇੱਕ ਦਿਨ ਦੇ ਵਿੱਚ ਲਾਏ, ਮੇਰੇ ਮਤਲਬ ਤਾਂ ਮੇਰੇ ਮੁਤਾਬਕ ਤਾਂ ਅਫਵਾਹਾਂ ਹੀ ਆ, ਕਿਉਂਕਿ 4-5 ਪ੍ਰੋਮ ਲਾਉਣੇ ਬਹੁਤ ਔਖੇ ਆ। ਅੱਛਾ ਬਾਈ ਜੀ, ਇੱਕ ਉਹਨਾਂ ਦੇ ਪਰਿਵਾਰ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ ਵੀ ਉਹਨਾਂ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਸੀਗਾ ਅਤੇ ਅਮਰਜੋਤ ਦਾ ਵਿਆਹ ਕਿੱਦਾਂ ਹੋਇਆ ਅਤੇ ਕਿਹੜੇ ਹਾਲਾਤਾਂ 'ਚ? ਇਹ ਬਾਰੇ ਤਾਂ ਕਿਉਂਕਿ ਅਮਰਜੋਤ ਦੇ ਵਿਆਹ ਤਾਂ ਆਪਾਂ ਨੂੰ ਪਤਾ ਨਹੀਂ ਹੈ, ਸਿੱਧੀ ਗੱਲ ਆਪਾਂ ਦੱਸਦੀ, ਕਿਉਂਕਿ ਕੇਸਰ ਸਿੰਘ ਟਿੱਕੀ ਨੇ ਫਗਵਾੜੇ ਜਾ ਕੇ ਕਰਵਾਇਆ ਸੀਗਾ। ਪਹਿਲੇ ਪਰਿਵਾਰ 'ਚੋਂ ਬੀਬੀ ਗੁਰਮੇਲ ਕੌਰ ਜੀ ਹੈ, ਉਹਨਾਂ ਦੀ ਬੇਟੀ ਅਮਨਦੀਪ ਹੈ, ਅਤੇ ਦੂਜੇ ਅਮਰਜੋਤ 'ਚੋਂ ਆਪਣਾ ਜੈਮ ਚਮਕੀਲਾ, ਅਤੇ ਛੋਟਾ ਬੱਚਾ ਸੀਗਾ ਉਹਦੀ ਡੈਥ ਹੋ ਗਈ ਸੀ, 1.5 ਮਹੀਨੇ ਦਾ ਸੀ ਉਦੋਂ। ਅਤੇ ਬਾਈ ਜੀ, ਉਹ ਕੀ ਲੱਗਦਾ ਹੈ ਵੀ ਜਿੱਦਾਂ ਹੁਣ ਅੱਜ ਕੱਲ੍ਹ ਹਰ ਕੋਈ ਬੰਦਾ ਜਿਹੜਾ ਹੈਗਾ ਚਮਕੀਲਾ ਨੂੰ ਮੁੱਖ ਰੱਖ ਕੇ ਮਤਲਬ ਗੀਤ ਗਾ ਰਿਹਾ ਜਾਂ ਕਿੱਦਾਂ ਵੀ ਆ ਉਹਨਾਂ ਦੇ ਨਾਮ 'ਤੇ ਕਮਾਈ ਕਰ ਰਿਹਾ, ਅਤੇ ਕੀ ਇਹ ਅੱਜ ਵੀ ਅਮਰ ਮਤਲਬ ਇਸੇ ਕਰਕੇ ਅਮਰ ਹੈ ਜਾਂ ਇਹ ਲੋਕ ਉਹਨੇ ਆਪਣਾ ਖਾਣ ਪੀਣ ਦਾ ਜ਼ਰੀਆ ਬਣਾ ਲਿਆ? ਨਹੀਂ ਨਹੀਂ, ਉਹਦੇ ਜਿਹੜੇ ਕਿ ਉਹਦੀ ਗਾਇਕੀ, ਉਹਦੀ ਲੇਖਣੀ, ਉਹਦਾ ਜਿਹੜਾ ਪਰਫੋਰਮੈਂਸ ਉਹ ਇੰਨੀ ਵਧੀਆ ਸੀ ਨਾ, ਹੁਣ ਵੀ ਤੁਸੀਂ ਸੁਣ ਲਓ ਵੀ ਇੱਕ ਵਾਰੀ ਤੁਸੀਂ ਲਾ ਲਓ ਤੁਹਾਨੂੰ ਤੁਸੀਂ ਬੰਦ ਨਹੀਂ ਕਰ ਸਕਦੇ, ਯਾਨੀ ਕਿ ਉਹਦੀ ਕਸ਼ਿਸ਼ ਇੰਨੀ ਸੀ ਉਹਦੀ ਆਵਾਜ਼ਾਂ ਦੋਨਾਂ ਦੀਆਂ 'ਚ, ਅਮਰਜੋਤ ਜੀ ਦੀਆਂ ਵਿੱਚ ਅਤੇ ਚਮਕੀਲਾ ਜੀ ਦੀਆਂ ਵਿੱਚ। ਜੇ ਆਪਾਂ ਇੱਕ ਵਾਰੀ ਸ਼ੁਰੂ ਕਰ ਲਈਏ ਤਾਂ ਆਪਾਂ ਪੂਰੀ ਕੈਸਟ ਸੁਣ ਕੇ ਹੀ ਚੁੱਪ ਕਰਦੇ ਸੀ ਅਸੀਂ ਵੀ ਪਹਿਲਾਂ। ਅੱਛਾ ਚਲੋ, ਉਹਨਾਂ ਦੀ ਗੱਲ ਤਾਂ ਹੋਊਗੀ, ਸੁੱਖ ਚਮਕੀਲਾ, ਚਮਕੀਲਾ ਕਿੱਦਾਂ ਬਣ ਗਿਆ? ਇਹ ਇੱਕ ਮੇਰੀ ਟੇਪ ਰਿਕਾਰਡ ਹੋਈ ਪਈ ਸੀ ਇੱਕ ਦੁਆਣਿਆਂ ਦੀ, ਅਤੇ ਉਹਦੇ ਵਿੱਚ ਇੱਕ ਟਾਈਟਲ ਗੀਤ ਸਾਡੇ ਸੇਵਾ ਸਿੰਘ ਨੌਰਥ ਜੀ ਉਹਨਾਂ ਨੇ ਆਪਣੇ ਲਿਖਿਆ ਹੋਇਆ ਆਪਣੇ ਜੀਜੇ ਜੀ ਦਾ, ਉਹਨਾਂ ਨੇ ਸਾਥੋਂ ਰਿਕਾਰਡ ਕਰਵਾਇਆ, ਕਹਿੰਦਾ ਵੀ ਮੈਨੂੰ ਆਹ ਗੀਤ ਰਿਕਾਰਡ ਕਰਕੇ ਦਿਓ, ਅਸੀਂ ਉਹਨੂੰ ਰਿਕਾਰਡ ਕਰ ਦਿੱਤਾ। ਉਹ ਦਿੱਲੀ ਲੈ ਗਏ ਪੂਜਾ ਕੰਪਨੀ 'ਚ, ਉੱਥੇ ਉਹਨਾਂ ਨੇ ਸਾਡਾ ਨਾਂ ਸੁਖਮੰਦਰ ਘਲੋਟੀ ਕੁਲਵੰਤ ਕੌਰ ਤੋਂ ਸੁੱਖ ਚਮਕੀਲਾ ਕਮਲਜੋਤ ਰੱਖਤਾ। ਇਹ ਸੇਵਾ ਸਿੰਘ ਨੌਰਥ ਜੀ ਦੇਣਾ, ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਉਹਨਾਂ ਦਾ। ਦੇਖਿਆ ਜਾਵੇ ਤਾਂ ਤੁਹਾਡਾ ਹੁਲੀਆ ਵੀ ਉਹਨਾਂ ਨਾਲ ਕਾਫੀ ਰਲਦਾ ਮਿਲਦਾ, ਜੇ ਹੁਣ ਮੰਨ ਲਓ ਹੁਣ ਤਾਂ ਚਲੋ ਬਾਲ ਥੋੜ੍ਹੇ ਜਿਹੇ ਘੱਟ ਗਏ ਆ, ਪਹਿਲਾਂ ਅਸੀਂ ਤੁਹਾਡੀਆਂ ਪੁਰਾਣੀਆਂ ਫੋਟੋਆਂ ਵੀ ਦੇਖੀਆਂ, ਤੁਹਾਨੂੰ ਪਹਿਲਾਂ ਦੇਖਿਆ ਵੀ ਹੋਇਆ ਅਸੀਂ ਮੇਲਿਆਂ ਦੇ ਵਿੱਚ ਵੀ ਦੇਖਿਆ, ਵੈਸੇ ਵੀ ਤੁਹਾਨੂੰ ਸਟੇਜਾਂ ਦੇ ਉੱਤੇ ਦੇਖਿਆ ਆ, ਪਰ ਜਦੋਂ ਤੁਸੀਂ ਪਗੜੀ ਬੰਨਦੇ ਤਾਂ ਹੂਬਹੂ ਉਸੇ ਤਰ੍ਹਾਂ ਦੇ ਲੱਗਦੇ ਹੋ। ਕਿਉਂਕਿ ਜਦੋਂ ਮੈਂ ਲੁਧਿਆਣੇ ਆਉਂਦਾ ਸੀ 82 ਦੇ ਵਿੱਚ, ਅਸੀਂ ਪਾਰਕ ਵਿੱਚ ਬੈਠੇ ਰਹਿਣਾ ਅਤੇ ਜਾਂ ਸਾਡੇ ਵੱਲ ਚਮਕੀਲਾ ਜੀ ਨੇ ਜਾਣਾ, ਉਹਨਾਂ ਨੇ ਆਪ ਮੈਨੂੰ ਕਹਿਣਾ ਚਮਕੀਲਾ ਵੀ ਚਮਕੀਲੇ ਕੀ ਵਾਲਾ, ਮੈਂ ਉਹਨੂੰ ਕਹਿਣਾ ਭਾਅ ਜੀ ਤੁਸੀਂ ਨਾ ਤੁਸੀਂ ਕਿਉਂ ਕਹਿੰਦੇ ਹੋ, ਕਹਿੰਦਾ ਨਹੀਂ ਯਾਰ ਜਦੋਂ ਤੂੰ ਤੇਰੀ ਸ਼ਕਲ ਆਪਣੀ ਲੱਗਦਾ ਵੀ ਆਪਾਂ ਜੋੜੇ ਹੁੰਦੇ ਹਾਂ, ਇਸ ਕਰਕੇ ਵੀ ਉਹ ਆਪ ਮੈਨੂੰ ਚਮਕੀਲਾ ਕਹਿੰਦੇ ਸੀ। ਕਿੰਨੀ ਕਿਸਾਨ ਸੀਗੀ ਚਮਕੀਲਾ ਜੀ ਨਾਲ ਤੁਹਾਡੀ? ਚਮਕੀਲਾ ਨਾਲ ਪਿਆਰ ਸੀਗਾ ਸਾਡਾ, ਜਿਵੇਂ ਹੁਣ ਮੈਂ ਪਿੰਡ ਗਿਆ, ਪਿੰਡ ਕਿਉਂਕਿ ਅਸੀਂ ਚੌਂਕ ਦੇ ਕੋਟੀ ਸਿੰਘਾਂ ਚੌਂਕ 'ਚ ਫੋਟੋਗ੍ਰਾਫੀ ਦੀ ਦੁਕਾਨ ਸੀ ਮੇਰੇ ਦੋਸਤ ਦੀ, ਅਸੀਂ ਉੱਥੇ ਬੈਠੇ ਹੁੰਦੇ ਸੀ, ਮੈਨੂੰ ਵੀ ਸ਼ੌਂਕ ਸੀ, ਮੈਂ ਕਿਹਾ ਚਲੋ ਗਾਇਕੀ ਦੇ ਨਾਲ ਨਾਲ ਮਾੜਾ ਮੋਟਾ ਕੁਛ ਫੋਟੋਗ੍ਰਾਫੀ ਕਰ ਲਈਏ। ਉੱਥੇ ਜਦੋਂ ਇਹਨਾਂ ਨੇ ਜਾਣਾ ਸਾਡੇ ਏਰੀਏ 'ਚ ਨੇੜੇ ਤੇੜੇ ਉੱਧਰ ਮਖੂ ਵਾਲੇ ਸਾਈਡ, ਅਤੇ ਇਹਨਾਂ ਨੇ ਜਾਂ ਤਾਂ ਜਾਂਦੇ ਹੋਏ ਨੇ ਰੁਕਣਾ, ਅਤੇ ਨਹੀਂ ਤਾਂ ਵਾਪਸੀ 'ਤੇ ਇਹਨਾਂ ਨੇ ਸਾਡੇ ਕੋਲ ਰੁਕ ਕੇ ਹੀ ਜਾਣਾ।
ਚਲੋ ਬਾਈ ਜੀ, ਇੱਕ ਹੁਣ ਗੱਲ ਚੇਤੇ ਆ ਗਈ ਹੈ ਵੀ ਜਿੱਦਾਂ ਹੁਣ 80 ਦੇ ਦਸ਼ਕ ਦੇ ਵਿੱਚ ਕਾਫੀ ਚੜ੍ਹਾਈ ਸੀ ਚਮਕੀਲਾ ਦੀ, ਅਮਰਜੋਤ ਦੀ, ਪਰ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਾਂ ਜਿੱਦਾਂ ਵੀ ਉਹ ਕੀ ਲੋਕਾਂ, ਕਈ ਲੋਕ ਕਹਿੰਦੇ ਨੇ ਵੀ ਉਹਨਾਂ ਨੂੰ ਕਿਸੇ ਕਲਾਕਾਰਾਂ ਨੇ ਰਲ ਕੇ ਮਰਵਾਇਆ ਹੈ ਜਾਂ ਕੁਛ ਖਾੜਕੂਆਂ ਨੇ ਮਰਵਾਇਆ, ਇਹਦੇ ਬਾਰੇ ਕੁਛ ਜਾਣਕਾਰੀ ਹੈ? ਇਹਦੇ ਬਾਰੇ ਆਪਾਂ ਨੂੰ ਕੋਈ ਜਾਣਕਾਰੀ ਨਹੀਂ, ਕਿਉਂਕਿ ਚਮਕੀਲਾ ਜੀ ਦੀ ਡੈਥ ਤੋਂ ਬਾਅਦ ਉਹਨਾਂ ਦੇ ਉਸ ਕੇਸ ਦੀ ਕੋਈ ਜਾਂਚ ਹੀ ਨਹੀਂ ਹੋਈ। ਜੇ ਤਾਂ ਕੋਈ ਜਾਂਚ ਹੋਈ ਹੁੰਦੀ ਫਿਰ ਤਾਂ ਆਪਾਂ ਕਹਿ ਸਕਦੇ ਸੀ ਵੀ, ਕਿਉਂਕਿ ਪੁਲਿਸ ਨੇ ਜਾਂਚ ਨਹੀਂ ਕੀਤੀ ਉਹਨਾਂ ਦੇ ਆਪਣੇ ਜਿਹੜੇ ਖਾੜਕੂ ਸੀ ਉਹਨਾਂ ਦੇ ਨਾਂ 'ਤੇ ਮੜਤਾ ਵੀ ਉਹਨਾਂ ਨੇ ਮਾਰਿਆ, ਹਾਲਾਂਕਿ ਉਹਨਾਂ ਨੇ ਨਹੀਂ ਮਾਰਿਆ, ਕਿਉਂਕਿ ਉਹਨਾਂ ਨਾਲ ਕਲਾਕਾਰਾਂ ਨਾਲ ਉਹਨਾਂ ਦਾ ਕੋਈ ਵੈਰ ਨਹੀਂ ਸੀ, ਕਿਉਂਕਿ ਅਸੀਂ ਵੀ ਪ੍ਰੋਗਰਾਮ ਕਰਦੇ ਰਹੇ, ਸਾਡੇ ਪ੍ਰੋਗਰਾਮਾਂ 'ਤੇ ਵੀ ਉਹ ਆਉਂਦੇ ਰਹੇ, ਸੁਣਦੇ ਰਹੇ ਆ। ਉਹਨਾਂ ਨੂੰ ਜਦੋਂ ਅਸੀਂ ਸਾਡੇ ਨਾਲ ਗੱਲ ਹੋਣੀ, ਅਸੀਂ ਪੁੱਛਣਾ ਭਾਈ ਤੁਸੀਂ, ਉਹ ਕਹਿੰਦਾ ਜੀ ਸਾਡਾ ਕੋਈ ਕੰਮ ਨਹੀਂ ਇਹ, ਅਸੀਂ ਨਹੀਂ ਮਾਰਿਆ, ਇਹ ਤਾਂ ਹੁਣ ਕਿਹਨੇ ਮਾਰਿਆ, ਇਹ ਅੱਜ ਤੱਕ ਸਵਾਲ ਹੀ ਆ। ਹਾਂਜੀ, ਅਤੇ ਹੁਣ ਜੇ ਆਪਾਂ, ਤੁਸੀਂ ਅੱਜ ਕੱਲ੍ਹ ਦੇ ਲੋਕ ਜਿਵੇਂ ਹੁਣ ਲੱਚਰ ਤਾਂ ਬਹੁਤ ਫੈਲਾ ਰਹੇ ਨੇ, ਅਤੇ ਜਿਹੜੇ ਸਿੰਗਰ ਆ ਨਵੇਂ ਨਵੇਂ ਉੱਠੇ ਆ, ਕਿਸੇ ਨੂੰ ਗਾਉਣ ਦਾ ਚਲੋ ਆਪਾਂ ਨਹੀਂ ਕਹਿ ਸਕਦੇ ਵੀ ਉਹਨਾਂ ਨੂੰ ਆਉਂਦਾ ਜਾਂ ਨਹੀਂ ਆਉਂਦਾ, ਪਰ ਜੇ ਦੇਖਿਆ ਜਾਵੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਇੰਨਾ ਕੁ ਉਹ ਗੰਦ ਪਰੋਸ ਰਹੇ ਆ, ਅਤੇ ਚਮਕੀਲੇ ਅਤੇ ਇਹਨਾਂ ਦੇ ਵਿੱਚ ਕੀ ਅੰਤਰ ਆ? ਦੇਖੋ ਚਮਕੀਲੇ ਦੇ ਇੱਕ ਦੋ ਗੀਤਾਂ 'ਤੇ ਕੀਤੂ ਪਰੰਤੂ ਸੀਗਾ, ਪਰ ਉਦੋਂ ਦੇ ਜਿਹੜੇ ਕਲਾਕਾਰ ਸੀ ਉਹਨਾਂ ਦੇ, ਉਹਨਾਂ ਤੋਂ ਸੀਨੀਅਰ ਵੀ, ਉਹਨਾਂ ਨੇ ਵੀ ਗਾਇਆ ਤਾਂ ਕੋਈ ਸਾਫ਼ ਸੁਥਰਾ ਨਹੀਂ ਗਾਇਆ, ਕਿਉਂਕਿ ਬਹੁਤ ਕਲਾਕਾਰਾਂ ਨੇ ਬਦਨਾਮ ਵੀ ਉਹਨਾਂ ਕਲਾਕਾਰਾਂ ਨੇ ਹੀ ਕੀਤਾ ਚਮਕੀਲੇ ਨੂੰ, ਕਿਉਂਕਿ ਮੈਂ ਐਜ ਏ ਮਜੀਸ਼ੀਅਨ ਜਾਣਦਾ ਹੁੰਦਾ ਸੀਗਾ, ਵੱਡੇ ਵੱਡੇ ਚੋਟੀ ਦੇ ਕਲਾਕਾਰਾਂ ਨਾਲ ਮੈਂ ਕੰਮ ਕੀਤਾ, ਸਾਰਿਆਂ ਨੇ ਮਾਈਕ ਦੇ ਉੱਤੇ ਸਟੇਜ 'ਤੇ ਬਕਾਇਦਾ, ਅਸੀਂ ਨਹੀਂ ਉਦਾਂ ਦਾ ਗਾਉਂਦੇ, ਹਾਲਾਂਕਿ ਗਾਉਂਦੇ ਉਹ ਵੀ ਸੀਗੇ, ਰਿਕਾਰਡ ਉਹਨਾਂ ਦੇ ਪਏ ਆ ਅਜੇ ਵੀ ਯੂਟਿਊਬ 'ਤੇ ਦੂਸਰੇ ਕਲਾਕਾਰਾਂ ਦੇ। ਹਾਂਜੀ ਹਾਂਜੀ, ਜਿਹੜੇ ਸੀਨੀਅਰ ਕਲਾਕਾਰ ਸੀ ਉਹਨਾਂ ਨੇ ਉਹਨਾਂ ਦੇ ਇੱਕ ਠੱਪਾ ਲਾਤਾ ਵੀ ਉਹ ਲੱਚਰ ਗਾਉਂਦਾ, ਪਰ ਲੱਚਰ ਨਹੀਂ ਸੀ ਗਾਉਂਦਾ। ਅਤੇ ਜ਼ਿਆਦਾ ਕਿਹੜੇ ਗਾਣੇ ਤੋਂ ਇਹਨਾਂ ਨੂੰ ਪਾਪੂਲਰਿਟੀ ਮਿਲੀ ਹੈ? ਟੱਕੂ ਤੋਂ ਟੱਕੂ ਖੜ ਕੇ ਜਦੋਂ ਆਇਆ ਰਿਕਾਰਡ ਤੋੜ ਵਿਕਿਆ, ਕਿਉਂਕਿ ਅਸੀਂ ਪਿੰਡ 'ਚ ਸੀ ਉਦੋਂ, ਪਿੰਡ ਰਹਿੰਦੇ ਸੀ, ਅਤੇ ਉਹ ਜਦੋਂ ਕੋਈ ਵਿਆਹ 'ਤੇ ਸਪੀਕਰ ਬੁੱਕ ਕਰਨਾ ਉਹਨੂੰ ਪੁੱਛਦੇ ਸੀ ਭਾਈ ਤੇਰੇ ਕੋਲ ਚਮਕੀਲੇ ਦਾ ਰਿਕਾਰਡ ਹੈਗਾ? ਓਕੇ, ਜੇ ਉਹਦੇ ਕੋਲ ਰਿਕਾਰਡ ਹੁੰਦਾ ਸੀ ਤਾਂ ਸਾਈ ਦਿੰਦੇ ਸੀ, ਨਹੀਂ ਤਾਂ ਕਹਿੰਦੇ ਵੀ ਭਾਈ ਅਸੀਂ ਨਹੀਂ ਤੈਨੂੰ ਸਾਈ ਕਰ ਰਹੇ, ਅਸੀਂ ਹੋਰ ਸਪੀਕਰ ਵਾਲਾ ਕਰਾਂਗੇ। ਮਤਲਬ ਵੀ ਜਿੱਦਾਂ ਅੱਜ ਕੱਲ੍ਹ ਡੀਜੇ ਚੱਲਦੇ, ਉਸ ਟਾਈਮ 'ਤੇ ਸਪੀਕਰ ਬੁੱਕਰ ਕੀਤੇ, ਸਪੀਕਰ 'ਤੇ ਬੁੱਕਰ ਰਿਕਾਰਡ ਕਹਿੰਦਾ ਪੁੱਛਦੇ ਸੀ, ਜੇ ਹੈਗਾ ਉਹਨੇ ਕਹਿਣਾ ਜੀ ਹੈਗਾ ਮੇਰੇ ਕੋਲ, ਹੁਣ ਹਾਲਾਂਕਿ ਝੂਠ ਬੋਲਣਾ, ਪਰ ਉਹਨੇ ਆਪਦਾ ਇੱਕ ਕਿਸੇ ਬੰਦੇ ਦੀ ਡਿਊਟੀ ਲਾ ਕੇ ਵੀ ਤੂੰ ਰਿਕਾਰਡ ਬਦਲ ਦੀ, ਵੀ ਮੈਂ ਭੱਜ ਕੇ ਆਇਆ, ਹੁਣ ਸਾਈਕਲ 'ਤੇ ਜਾ ਕੇ ਦੂਜੇ ਸਪੀਕਰ ਵਾਲੇ ਤੋਂ ਰਿਕਾਰਡ ਲੈ ਕੇ ਆਉਣਾ, ਫਿਰ ਚਲਾ ਕੇ ਫਿਰ ਉਹਨੂੰ ਵਾਪਸ ਕਰਕੇ ਆਉਣਾ, ਫਿਰ ਵਾਪਸ ਕਰਕੇ। ਹਾਂਜੀ, ਇੱਦਾਂ ਦਾ ਉਦੋਂ ਵੀ ਮਤਲਬ ਕਰੇਜ਼ ਸੀ, ਇੰਨਾ ਕਰੇਜ਼ ਸੀਗਾ ਚਮਕੀਲੇ ਦਾ, ਮਤਲਬ ਵੀ ਚਮਕੀਲਾ ਚਮਕੀਲਾ ਹੋਈ ਪਈ ਸੀ ਸਾਰੇ ਪਾਸੇ, ਪੂਰੀ ਚਮਕੀਲਾ ਚਮਕੀਲਾ ਹੋਈ ਪਈ, ਕਿਉਂਕਿ ਅਸੀਂ 1985 ਵਿੱਚ ਧਰਮਕੋਟ ਇੱਕ ਸੱਭਿਆਚਾਰਕ ਮੇਲਾ ਕਰਵਾਇਆ ਸੀਗਾ, ਉਹਦੇ ਵਿੱਚ ਉਸਤਾਦ ਯਮਲਾ ਜੱਟ ਜੀ, ਸੀਤਲ ਸਿੰਘ ਸੀਤਲ, ਸੁਰਿੰਦਰ ਛਿੰਦਾ ਜੀ, ਕਰਤਾਰ ਰਮਲਾ ਜੀ, ਸਾਰੇ ਚੋਟੀ ਦੇ ਕਲਾਕਾਰ, ਪਿਆਰਾ ਸਿੰਘ ਜਲਾਲਾਬਾਦ ਦੀ, ਮੰਜੂ ਨੂਰਪ੍ਰੀਤ, ਇਹਨਾਂ ਨੇ ਪਿਆਰਾ ਸਿੰਘ ਜਲਾਲਾਬਾਦ ਦੇ ਉਹਨਾਂ ਦੇ ਨਾਲ ਅਸੀਂ ਰਲ ਕੇ ਕਰਾਇਆ ਸੀ, ਉਹਦੇ ਚਮਕੀਲਾ ਭਾਅ ਜੀ ਵੀ ਗਏ ਸੀ, ਅਤੇ ਉਦੋਂ ਇਹਨਾਂ ਦਾ ਰਿਕਾਰਡ ਅਜੇ ਆਇਆ ਨਹੀਂ ਸੀ, ਭੁੱਲ ਗਈ ਮੈਂ ਘੁੰਡ ਕੱਢਣਾ, ਇਹਨਾਂ ਨੇ ਤਿੰਨ ਗੀਤ ਗਾਏ ਲਗਾਤਾਰ, ਤਿੰਨ ਗੀਤ ਗਾ ਕੇ ਕਹਿੰਦੇ ਵੀ ਮੈਂ ਹੁਣ ਚੱਲਿਆ, ਲੋਕ ਕਹਿੰਦੇ ਨਹੀਂ ਜੇ ਸੁਣਨਾ ਹੀ ਤੈਨੂੰ ਅਸੀਂ, ਓਕੇ ਉਹ ਕਿਉਂਕਿ ਉਸ ਸਟੇਜ ਦਾ ਮੈਂ ਗਵਾਹ, ਅਸੀਂ ਉੱਥੇ ਸੀ ਕਿਉਂਕਿ ਮੇਲੇ ਦੇ ਪ੍ਰਬੰਧਕਾਂ ਦੇ ਵਿੱਚ ਅਸੀਂ ਵੀ ਸੀਗੇ 1985 'ਚ, ਪਰ ਛਿੰਦਾ ਭਾਅ ਜੀ ਕਹਿੰਦੇ ਵੀ ਤੂੰ ਕਿਤੇ ਨਹੀਂ ਜਾਣਾ, ਉਹਨੂੰ ਸ਼ਾਮ ਤੱਕ ਬਿਠਾਈ ਰੱਖਿਆ, ਮੁੜ ਕੇ ਟਾਈਮ ਨਹੀਂ ਦਿੱਤਾ। ਅੱਛਾ, ਇੱਦਾਂ ਹੋ ਗਿਆ, ਮਤਲਬ ਵੀ ਉਹ ਤਿੰਨ ਗੀਤ ਗਾਲੇ, ਤਿੰਨ ਗੀਤ ਗਾਲੇ, ਉਹ ਤੋਂ ਬਾਅਦ ਕਹਿੰਦੇ ਤੂੰ ਜਾਣਾ ਨਹੀਂ ਹੈ, ਉਹ ਕਹਿੰਦਾ ਜੀ ਮੈਂ ਖੇਤ ਜਾਣਾ, ਮੈਂ ਮੋਟਰ 'ਤੇ ਬੰਨਣੀ ਹੈ, ਉਹ ਕਹਿੰਦੇ ਨਹੀਂ ਕਿਤੇ ਨਹੀਂ ਜਾਣਾ ਤੂੰ, ਉਹ ਵਿਚਾਰਾ ਸ਼ਾਮ ਤੱਕ ਬਿਠਾਈ ਰੱਖਿਆ ਉਹਨੇ ਛਿੰਦਾ ਭਾਅ ਜੀ ਹੋਣਾ, ਇਹਨਾਂ ਨੇ ਟਾਈਮ ਨਹੀਂ ਦਿੱਤਾ ਮੁੜ ਕੇ, ਉਹਨਾਂ ਨੇ ਟਾਈਮ ਹੀ ਨਹੀਂ ਦਿੱਤਾ। ਅੱਛਾ, ਸੁਭਾਅ ਪੱਖੋਂ ਕਿੱਦਾਂ ਦਾ ਸੀਗਾ ਉਹਨਾਂ ਦਾ ਸੁਭਾਅ? ਬਹੁਤ ਵਧੀਆ ਸੁਭਾਅ ਸੀ, ਕਿਉਂਕਿ ਅਸੀਂ ਤਾਂ ਦਫ਼ਤਰ ਬੈਠੇ ਰਹਿਣਾ, ਅਤੇ ਕੋਈ ਲੱਗਦਾ ਨਹੀਂ ਸੀ ਵੀ ਅਸੀਂ ਕੋਈ ਪਹਿਲੀ ਵਾਰੀ ਮਿਲੇ ਹਾਂ, ਐਸਾ ਵਧੀਆ ਮਿਲਾਪੜਾ ਸੁਭਾਅ ਸੀ ਉਹਨਾਂ ਦਾ, ਬਹੁਤ ਵਧੀਆ ਸੀ ਨੇਚਰ। ਅਤੇ ਇਕੱਠਾ ਇਹ ਹੁਣ ਗਾਉਣ ਦਾ ਵੀ ਮੌਕਾ ਮਿਲਿਆ ਜਾਂ ਇਕੱਠੇ ਹੋਣ ਦਾ ਮੌਕਾ ਮਿਲਿਆ? ਅਸੀਂ ਇੱਕ ਨਾਈਟ ਕਰਵਾਈ ਸੀ ਅਮਰ ਸਿੰਘ ਚਮਕੀਲਾ, ਅਮਨ ਆਪਣੇ ਅਮਰਜੋਤ ਅਤੇ ਕੇਦੀਪ ਜਗਮੋਹਨ ਕੌਰ, ਪਰ ਉਦੋਂ
ਫਤਿਹਗੜ੍ਹ ਪੰਜਤੂਰ, ਪਰ ਉਸ ਨਾਈਟ ਦੇ ਉੱਤੇ ਅਮਰ ਸਿੰਘ ਚਮਕੀਲਾ ਜੀ ਤਾਂ ਪਹੁੰਚੇ ਪਰ ਕੇਦੀਪ ਜਗਮੋਹਨ ਕੌਰ ਹੁਣੀ ਨਹੀਂ ਪਹੁੰਚੇ। ਇਹਨਾਂ ਨੇ ਇਕੱਲਿਆਂ ਨੇ ਹੀ 3.5 ਘੰਟੇ ਲਾਏ ਆ। ਓਕੇ, ਅਤੇ ਉਹ ਸਨਮੁਖ ਸਿੰਘ ਆਜ਼ਾਦ ਇਹਨਾਂ ਦੇ ਸਟੇਜ ਸੈਟਰ ਸੀ, ਟਿੱਕੀ ਭਾਜੀ ਸੀਗੇ ਢੋਲਕ ਦੇ, 3.5 ਘੰਟੇ ਲਾਏ ਇਹਨਾਂ ਨੇ, ਪੂਰੀ ਧੰਨ ਧੰਨ ਕਰਾਤੀ। ਅਤੇ ਰਾਤ ਨੂੰ ਫਿਰ ਸਾਡੇ ਕੋਲ ਹੀ ਸਟੇ ਕੀਤਾ ਇਹਨਾਂ ਨੇ, ਉਹ ਕਿਉਂਕਿ ਦੂਜਾ ਪ੍ਰੋਗਰਾਮ ਅੰਮ੍ਰਿਤਸਰ ਵਾਲੇ ਪਾਸੇ ਸੀ, ਸਾਡੇ ਕੋਲ ਰਹਿ ਕੇ ਫਿਰ ਦੂਜੇ ਪ੍ਰੋਗਰਾਮ 'ਤੇ ਗਏ। ਬਾਈ ਜੀ, ਪੰਜਾਬ ਦੇ ਵਿੱਚ ਹੀ ਇਹ ਕਰਦੇ ਸੀ ਪ੍ਰੋਗਰਾਮ ਜਾਂ ਕਿਤੇ ਹੋਰ ਸਟੇਟਾਂ ਜਾਂ ਹੋਰ ਦੇਸ਼ਾਂ ਦੇ ਵਿੱਚ ਵੀ ਜਾਂਦੇ ਆਉਂਦੇ ਸੀ? ਬਾਹਰ ਵੀ ਟੂਰ ਲਾਏ ਉਹਨਾਂ ਨੇ, ਕੈਨੇਡਾ, ਅਮੈਰੀਕਾ, ਸਾਰੇ ਟੂਰ ਲਾ ਕੇ ਆਏ ਆ। ਪੰਜਾਬ ਤੋਂ ਬਾਹਰ ਵੀ ਬਹੁਤ ਪ੍ਰੋਗਰਾਮ ਕੀਤੇ ਉਹਨਾਂ ਨੇ। ਮੈਂ ਇੱਕ ਆਪਣੀ ਗੱਲ ਸਾਂਝੀ ਕਰਨਾ ਚਾਹੁੰਦਾ ਵੀ ਮੈਂ 1996 'ਚ ਮੈਨੂੰ ਵੀ ਕੈਨੇਡਾ ਜਾਣ ਦਾ ਮੌਕਾ ਮਿਲਿਆ। ਉੱਥੇ ਭਾਈ ਇੱਕ ਸਾਡਾ ਪ੍ਰੋਗਰਾਮ ਸੀਗਾ, ਸ਼ੋਅ ਤੋਂ ਬਾਅਦ ਇੱਕ ਲੇਡੀਜ਼ ਆ ਗਈ, ਲੇਡੀਜ਼ ਆਣ ਕੇ ਭਾਈ ਮੇਰੇ ਗੱਲ ਲਾ ਕੇ ਰੋਣ ਲੱਗ ਗਈ। ਮੈਂ ਕਿਹਾ ਜੀ ਕਿਉਂ ਰੋਂਦੇ ਹੋ ਤੁਸੀਂ? ਉਹ ਕਹਿੰਦੀ ਵੀ ਵੀਰੇ, ਕਹਿੰਦੀ ਵੀ ਮੈਨੂੰ ਚਮਕੀਲੇ ਦੀ ਯਾਦ ਆ ਗਈ ਤੇਰੇ 'ਚੋਂ, ਕਿਉਂਕਿ ਮੈਂ ਜਦੋਂ ਸਾਡੇ ਵੈਨਕੂਵਰ ਇੱਥੇ ਆਇਆ ਪਰ ਮੇਰੇ ਕੋਲ ਮੈਨੂੰ ਛੁੱਟੀ ਨਹੀਂ ਮਿਲੀ, ਮੈਂ ਉਹਨੂੰ ਦੇਖ ਨਹੀਂ ਸਕੀ। ਅੱਜ ਮੈਂ ਸਪੈਸ਼ਲ ਛੁੱਟੀ ਕਰਕੇ ਤੁਹਾਡਾ ਪ੍ਰੋਗਰਾਮ ਦੇਖਣ ਵਾਸਤੇ ਆਈ ਹਾਂ ਵੀ ਮੈਨੂੰ ਚਮਕੀਲਾ ਹੀ ਦੱਸਦਾ ਤੁਹਾਡੇ 'ਚੋਂ। ਫਿਰ ਉਹ ਸਾਨੂੰ ਘਰੇ ਲੈ ਕੇ ਗਈ, ਘਰੇ ਜਦੋਂ ਅਸੀਂ ਗਏ ਤਾਂ ਤੁਸੀਂ ਹੈਰਾਨ ਹੋ ਜਾਓਗੇ ਵੀ ਉਹਦੇ ਘਰੇ ਚਮਕੀਲੇ ਦੀਆਂ ਸਾਰੀਆਂ ਕੈਸਟਾਂ, ਰਿਕਾਰਡ ਅਤੇ ਜਿੰਨੀਆਂ ਕਿਤਾਬਾਂ ਛਪੀਆਂ ਸਾਰੀਆਂ ਉਹਦੇ ਘਰੇ ਪਈਆਂ। ਉਹਨੇ ਸਾਨੂੰ ਦਿਖਾਈਆਂ, ਦੇਖੋ ਜੀ ਮੈਂ ਇੰਨੀ ਫੈਨ ਹਾਂ ਚਮਕੀਲਾ ਜੀ ਦੀ। ਲੇਡੀਜ਼ ਵੀ ਹੋ ਗਏ, ਇੰਨਾ ਯਾਨੀ ਕਿ ਉਹਦਾ ਕਰੇਜ਼ ਸੀ ਬੰਦੇ ਦਾ। ਕੋਈ ਆਪਾਂ ਅੰਦਾਜ਼ਾ ਲਗਾ ਸਕਦੇ ਵੀ ਕਿੰਨੇ ਕੁ ਗੀਤ ਉਹਨਾਂ ਨੇ ਗਾਏ ਸੀ ਜਾਂ ਕਿੰਨੇ ਕੁ ਉਹਦੇ ਰਿਕਾਰਡ ਆਏ ਹੋਏ ਜਾਂ ਕੈਸਟਾਂ ਕਿੰਨੀਆਂ ਆਈਆਂ ਹੋਈਆਂ? ਰਿਕਾਰਡ ਤਾਂ ਅਣਗਿਣਤੀ ਸੁਣਨ 'ਚ ਆਇਆ ਵੀ ਕੋਈ ਹੈਗੇ ਸੀ 90 ਦੇ ਉੱਤੇ ਹੀ, 100 ਤੋਂ ਘੱਟ ਹੀ ਹੈ, ਯਾਨੀ ਕਿ 90 ਪਲੱਸ ਕਹਿ ਰਹੇ ਆ ਵੀ ਗੀਤ ਉਹਨਾਂ ਦੇ ਰਿਕਾਰਡ ਹੋਏ ਆ। ਮਤਲਬ ਵੀ 90 ਰਿਕਾਰਡਾਂ ਨੇ ਹੀ ਧੰਨ ਧੰਨ ਕਰਵਾਤੀ, 90 ਗੀਤਾਂ ਨੇ ਜਿਹੜੇ ਗੀਤ, ਮਤਲਬ ਵੀ 90 ਰਿਕਾਰਡ ਜਿਹੜੇ ਸੀਗੇ ਉਹ ਧਨੀ ਰਾਮ ਨੂੰ ਵਾਕਈ ਧਨੀ ਬਣਾਤਾ। ਮਤਲਬ ਵੀ ਹਾਂ, ਕਿਉਂਕਿ ਜਿਹੜਾ ਕਿਉਂਕਿ ਬਲੈਕ ਵਿਕਦੇ ਸੀ ਰਿਕਾਰਡ ਉਦੋਂ ਜਦੋਂ ਆਉਂਦੇ ਸੀ, ਬਲੈਕ ਵਿਕਦੇ ਸੀ, ਬਲੈਕ ਵਿਕਦੇ ਸੀ ਰਿਕਾਰਡ ਜਦੋਂ ਚਮਕੀਲੇ ਦਾ ਰਿਕਾਰਡ, ਜਿਵੇਂ ਹੁਣ ਮਰਨ ਤੋਂ ਬਾਅਦ ਕਟੇਪ ਆਏ ਸੀ ਯਾਦ ਆਵੇ ਵਾਰ ਵਾਰ, ਪਰ ਲੋਕ ਉਡੀਕਦੇ ਸੀ ਵੀ ਕਦੋਂ ਕੈਸਟ ਆਉਂਦੀ ਉਹਦੀ, ਯਾਨੀ ਕਿ ਇੰਨਾ ਕਰੇਜ਼ ਸੀ, ਇੰਨਾ ਕਰੇਜ਼ ਸੀ। ਚਲੋ, ਤੁਹਾਡਾ ਸਕਰੋਲ ਪੰਜਾਬ ਨੂੰ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਇਹ ਸਨ ਸੁੱਖ ਚਮਕੀਲਾ ਜੀ, ਤੋ ਸੋ ਇਹਨਾਂ ਨੇ ਕਾਫੀ ਸਮਾਂ ਚਮਕੀਲਾ ਜੀ ਦੇ ਨਾਲ ਬਿਤਾਇਆ ਵੀ ਆ ਅਤੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਆ ਅਤੇ ਉਹਨਾਂ ਦੇ ਪਰਿਵਾਰ ਬਾਰੇ ਵੀ ਜਾਣਕਾਰੀ ਦਿੱਤੀ ਹੈ। ਕਿਉਂਕਿ ਚਮਕੀਲਾ ਜੀ ਦੇ ਆਪਾਂ ਗੱਲ ਕਰੀਏ, ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ, ਇਹ ਵਾਕਈ ਅੱਜ ਅਮਰ ਹੋ ਚੁੱਕੇ ਨੇ ਕਿਉਂਕਿ ਇਹਨਾਂ ਦੇ ਜਿਹੜੇ ਗੀਤ ਹੈ 80 ਦੇ ਦਸ਼ਕ ਦੇ ਵਿੱਚ ਜਦੋਂ ਆਏ ਸੀਗੇ ਅਤੇ ਉਦੋਂ ਸੁਪਰ ਹਿੱਟ ਜੋੜੀ ਇਹ ਮੰਨੀ ਜਾਂਦੀ ਸੀਗੀ ਅਤੇ ਅੱਜ ਵੀ ਇਹਨਾਂ 'ਤੇ 3 ਤੋਂ 4 ਜਿਹੜੀਆਂ ਹੈਗੀਆਂ ਉਹ ਪੰਜਾਬੀ ਫਿਲਮਾਂ ਜਿਹੜੀਆਂ ਹਿੰਦੀ ਫਿਲਮਾਂ ਜਿਹੜੀਆਂ ਉਹ ਬਣ ਚੁੱਕੀਆਂ ਨੇ ਅਤੇ ਲੋਕਾਂ ਦੇ ਵਿੱਚ ਜਿਹੜੀ ਹੈਗੀ ਆ ਇਹ ਚਮਕੀਲਾ ਬਾਰੇ ਜਿਹੜੀ ਜਾਣਕਾਰੀ ਉਹ ਸਾਂਝੀ ਕੀਤੀ ਗਈ ਹੈ। ਤੁਸੀਂ ਦੇਖਦੇ ਰਹੋ ਸਕਰੋਲ ਪੰਜਾਬ, ਅਸੀਂ ਹੋਰ ਵੀ ਇਸੇ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ। ਲੁਧਿਆਣਾ ਤੋਂ ਕੈਮਰਾਮੈਨ ਤੁਸ਼ਾਰ ਕਪੂਰ ਦੇ ਨਾਲ ਪ੍ਰਦੀਪ ਭੰਡਾਰੀ।